ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅੱਜ ਥੋੜੀ ਕੋਈ ਮੁਸ਼ਕਲ ਆ ਰਹੀ ਹੈ, ਆਈ ਹੋਪ ਸਭ ਠੀਕ ਹੋ ਜਾਵੇਗਾ। ਚਲੋ ਬਿਲਕੁਲ ਜੀ ਬਿਲਕੁਲ, ਥੋੜਾ ਤੁਹਾਨੂੰ ਪਤਾ ਚੋਰਾਂ ਦਾ ਬੜਾ ਜ਼ੋਰ ਹੈ, ਜਦੋਂ ਝੂਠ ਦਾ ਪ੍ਰਤਾਪ ਵੱਧਦਾ ਦੁਨੀਆਂ ਤੇ ਫਿਰ ਤੁਹਾਨੂੰ ਪਤਾ ਚੱਕਰ ਵੀ ਚੱਲਦਾ ਵਾ। ਜੀ 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 ਬਿਲਕੁਲ ਜੀ। ਚਲੋ ਐਨੀਵੇ, ਰੁੱਤ ਦਲ ਬਦਲਵਾਂ ਦੀ ਇਹ ਸਾਡੀ ਦਲ ਦਾ ਲਾਈਨ ਹੀ ਦਲ ਬਦਲ ਗਈ ਆਪਦੀ ਜਿਹੜੀ ਲਾਈਨ ਨੇਮ। ਅੱਛਾ, ਚੋਣਾਂ ਦਾ ਦੂਰ ਹੈ, ਦੌਰ ਜਿਹੜਾ ਹੈ ਸਿਖਰਾਂ 'ਤੇ ਹੈ, ਚੋਣ ਜਾਬਤਾ ਲਾਗੂ ਹੋ ਚੁੱਕਾ ਹੈ, ਡੇਰੇ ਉੱਪਰ ਸਿਆਸੀ ਆਗੂਆਂ ਦੇ ਡੋਰੇ ਨੇ ਔਰ ਕਈ ਸਿਆਸੀ ਭਰ ਚੁੱਕੇ ਹਨ ਡੇਰੇ ਦੀਆਂ ਚੌਂਕੀਆਂ, ਕਈ ਪੰਥਕ ਨੇਤਾ ਜਿਹੜੇ ਨੇ ਉਹਨਾਂ ਦੇ ਚਿਹਰੇ ਨੰਗੇ ਹੋ ਰਹੇ ਨੇ। ਚਲੋ ਦਲ ਬਦਲ ਰਹੇ ਨੇ, ਵਧੀਆ ਗੱਲ ਹੈ, ਸਾਹਮਣੇ ਆ ਰਹੇ ਨੇ ਬੀਬੇ ਪਾਣੇ, ਹਾਂਜੀ ਆ ਲਓ ਫੜੋ। ਵੀ ਸਾਡੇ ਲਈ ਤਾਂ ਰਾਜਨੀਤੀ ਆ, ਉਹ ਜੋਗਾ ਸਿੰਘ ਜੋਗੀ ਉਹਨਾਂ ਨੇ ਕਿਹਾ ਸੀ ਨਾ ਇੱਕ ਗੱਲ, ਅੱਜ ਤੁਹਾਡੇ ਮੁਕਤਸਰ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਜਿਹੜੀ ਹੈ ਮਤਲਬ ਦਿਹਾੜਾ ਬਣਾਇਆ ਜਾ ਰਿਹਾ, ਉਹਨੂੰ ਵੀ ਮੇਲਾ ਬਣਾ ਦਿੱਤਾ, ਅਸੀਂ ਤਾਂ ਸ਼ਹੀਦੀ ਵੀ ਮੇਲੇ ਬਣਾ ਦਿੱਤੇ ਉੱਥੇ ਮੇਲੇ ਬਣਾ ਦਿੱਤੇ ਮੇਲੇ ਬਣਾ। ਉੱਥੇ ਜੋਗਾ ਸਿੰਘ ਜੋਗੀ ਹੁਣਾਂ ਦੀ ਗੱਲ ਹੈ, ਸਮਾਂ ਆਪਣੇ ਕੋਲ ਵੈਸੇ ਥੋੜ੍ਹਾ, ਇਹਨਾਂ ਲੀਡਰਾਂ ਦੇ ਜਿਹੜੇ ਇਸ ਵਕਤ ਪੰਥਕ ਪਹਿਰਾਵਾ ਪਹਿਨੇ ਫਿਰਦੇ ਸੀ, ਪੰਥਕ ਚਿਹਰੇ ਮੋਹਰੇ ਵਾਲੇ ਸੀ ਜਿਹੜੇ ਦਲ ਬਦਲ ਰਹੇ ਨੇ, ਪੰਥਕ ਛੱਡ ਕੇ ਜਿਹੜੇ ਨੇ ਉਹ ਸਿਰਫ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਾਸਤੇ ਅਤੇ ਪੰਥ ਨੂੰ ਜਿਹੜੇ ਪਿੱਠ ਵਿਖਾ ਰਹੇ ਨੇ ਉਹਨਾਂ ਵਾਸਤੇ ਕਹੀ ਸੀ ਕਿ ਜਦੋਂ ਭਾਈ ਮਹਾਂ ਸਿੰਘ ਦੇ ਕੋਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀ ਧਰਪੇ ਤਾਂ ਆਏ ਨੇ, ਉਸ ਵਕਤ ਜ਼ਖਮੀ ਹੋਏ ਪਏ ਨੇ ਸਾਰੇ ਸਿੰਘ, ਉਹਨਾਂ ਨੂੰ ਅਵਾਰਡ ਦਿੱਤੇ ਜਾ ਰਹੇ ਨੇ, ਕਿ ਜਿੰਨੇ ਜ਼ਖਮ ਨੇ ਉਹਨਾਂ ਨੇ ਹਜ਼ਾਰੀ ਉਹਨਾਂ ਨੂੰ ਦਿੱਤਾ ਜਾ ਰਿਹਾ। ਭਾਈ ਮਹਾਂ ਸਿੰਘ ਸਹਿਕਦੇ ਨੇ, ਕਈ ਚਲਾਣਾ ਕਰ ਗਏ ਨੇ, ਚੜ੍ਹਾਈ ਕਰ ਗਏ ਨੇ, ਸ਼ਹਾਦਤ ਦਾ ਜੈਮ ਪੀ ਗਏ ਨੇ। ਭਾਈ ਮਹਾਂ ਸਿੰਘ ਦਾ ਸਿਰ ਆਪਣੇ ਪੱਟ 'ਤੇ ਰੱਖ ਕੇ ਕਲਗੀਆਂ ਵਾਲੇ ਬਾਪੂ ਨੇ ਕਿਹਾ, ਮਹਾਂ ਸਿਆਹ ਮੰਗ ਕੀ ਮੰਗਦਾ। ਵੇਖੋ, ਚਲੋ ਕਵੀਸ਼ਰ ਲੋਕ ਹੁੰਦੇ ਨੇ, ਢਾਡੀ ਲੋਕ ਹੁੰਦੇ ਨੇ, ਗੱਲ ਬਣਾਉਣੀ ਆਉਂਦੀ, ਪਰ ਗੱਲ ਦੇ ਵਿੱਚ ਤਰਕ ਹੋਵੇ, ਗੱਲ ਦੇ ਵਿੱਚ ਕੁਝ ਵਜਨ ਹੋਵੇ ਨਾ, ਗੱਲ ਯਾਦ ਰਹਿ ਜਾਂਦੀ ਹੈ। ਮਹਾਂ ਸਿਆਹ ਮੰਗ ਕੀ ਮੰਗਦਾ, ਕਲਗੀਆਂ ਵਾਲੇ ਬਾਪੂ ਨੇ ਕਿਹਾ। ਮਹਾਂ ਸਿੰਘ ਕਹਿੰਦਾ, ਟੁੱਟੀ ਗੰਢ ਦੇ। ਪਰ ਇਹ ਗੱਲ ਮੈਂ ਕਈ ਵਾਰੀ ਸੁਣਾ ਚੁੱਕਾ, ਜੋਗਾ ਸਿੰਘ ਜੋਗੀ ਮਾਰਦੇ ਚਪੇੜਾਂ ਆ ਧਰਮ ਦਾ ਪਹਿਰਾਵਾ ਪਾਣ ਕੇ ਪੰਥਕ ਲੀਡਰਾਂ ਦੇ, ਕਹਿੰਦੇ ਅੱਜ ਦਾ ਜਹੇਦਾਰ ਹੁੰਦਾ ਉਹਨੇ ਕਹਿਣਾ ਮੁੱਖ ਮੰਤਰੀ ਬਣਾ ਦੇ ਪੰਜਾਬ ਦਾ, ਪੰਥ ਜਾਵੇ ਢੱਠੇ ਖੂਹ ਦੇ ਵਿੱਚ, ਮੇਰੀ ਚੜ੍ਹਦੀ ਕਲਾ ਹੋਵੇ। ਇਹ ਗੱਲ ਜੋਗਾ ਸਿੰਘ ਜੋਗੀ ਅੱਜ ਤੋਂ 30 ਵਰੇ ਤਾਂ ਮੈਨੂੰ ਕੈਨੇਡਾ ਦੇ ਵਿੱਚ ਹੋ ਗਏ ਨੇ, ਅਤੇ ਮੇਰੇ ਖਿਆਲ 'ਚ 5 ਵਰੇ ਪਹਿਲਾਂ 35 ਵਰੇ ਘਰੋੜ ਕੇ ਠਾਹ ਠਾਹ ਕਰਕੇ ਮਾਰੀਆਂ ਨੇ ਕੌਮ ਦੇ ਪੰਥ ਦੇ ਗਦਾਰ ਉਸ ਵਕਤ ਜਥੇਦਾਰਾਂ ਦੇ, ਵੀ ਮੈਨੂੰ ਮੁੱਖ ਮੰਤਰੀ ਬਣਾ ਦੇ, ਕੌਮ ਢੱਠੇ ਖੂਹ 'ਚ ਜਾਵੇ, ਜੋ ਮਰਜ਼ੀ ਹੋਵੇ। ਟੁੱਟੀ ਗੰਢ ਦੇ, ਸਵਾਸ ਬਖਸ਼ ਦੇ, ਇਹ ਨਹੀਂ ਸਵਾਸ ਬਖਸ਼ ਦੇ, ਪੰਥ ਦਾ ਸਰਮੌਰ ਜਥੇਦਾਰ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਾ ਦੇ, ਜੇਕਰ ਅੱਜ ਦਾ ਜਥੇਦਾਰ ਹੁੰਦਾ। ਟੁੱਟੀ ਗੰਢਣੀ ਗੰਢ, ਤੇਰੀ ਗੰਢਣੀ ਤੇਰੀ ਮਰਜ਼ੀ ਆ, ਇਹ ਆ ਅੱਜ ਹਾਲਾਤ, ਆਹ ਬਾਣਾ ਸਾਹਮਣੇ ਆ ਰਿਹਾ। ਖੈਰ ਆਪਾਂ ਅੱਗੇ ਵਧੀਏ, ਆਉਣਾ ਹੀ ਲਾਵਾ ਹੀ ਉਤਰਿਆ ਪਿਆ, ਅਤੇ ਕਰਾਂਗੇ ਕਿ ਚੋਣਾਂ ਦਾ ਦੌਰ ਹੈ, ਡੇਰੇ 'ਤੇ ਧੜਾਧੜ ਸਿਆਸੀ ਨੇਤਾ ਜਿਹੜੇ ਜਾ ਰਹੇ ਨੇ। ਆਪਣਾ ਉਸ ਬਲਾਤਕਾਰ ਸਾਧ ਨੂੰ ਅਜੇ ਵੀ ਕਹਿੰਦੇ ਨੇ ਕਿ ਭਾਈ ਅਸੀਂ ਨਾ ਲਿਆ, ਸਾਡਾ ਗੁਰੂ ਆ, ਝੂਠਾ ਮੁਕੱਦਮਾ ਦਰਜ ਹੋਇਆ, ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਨੇ, ਕਹਿੰਦੇ ਕੀ ਕਹਿਣਾ ਚਾਹੋਗੇ ਜੀ? ਜਿੱਥੋਂ ਤੱਕ ਆਪਾਂ ਡੇੜਿਆਂ ਦੇ ਮੱਕੜ ਜਾਲ ਦੀ ਗੱਲ ਕਰੀਏ, ਆਪਾਂ ਕਹਿੰਦੇ ਹੁੰਦੇ ਹਾਂ ਸਰ ਵੀ ਪੰਜਾਬ ਦੇ ਵਿੱਚ 2200 ਡੇਰੇ ਨੇ। ਬੱਲੇ 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 ਬੱਲੇ। ਲੇਕਿਨ ਜਿਹੜਾ ਸਰਵੇ ਹੋਇਆ ਉਹ ਕਹਿੰਦਾ ਵੀ ਪੰਜਾਬ ਦੇ ਵਿੱਚ 12,581 ਪਿੰਡਾਂ ਦੇ ਵਿੱਚ 10,000 ਡੇਰੇ। ਕੀ ਕਰੋਗੇ ਤੁਸੀਂ? 300 ਵੱਡੇ ਡੇਰੇ ਆ ਜਿਨ੍ਹਾਂ ਦਾ ਸਿਆਸਤ ਸਿੱਧਾ ਦਖਲ ਹੁੰਦਾ। 1,13,000 ਡੇਰਿਆਂ ਦੀਆਂ ਵੱਖ ਵੱਖ ਸ਼ਾਖਾਵਾਂ ਨੇ, ਬ੍ਰਾਂਚਾਂ ਨੇ ਇਹਨਾਂ ਦੀ। ਕੀ ਕਰੋਗੇ? ਜੇ ਪੰਜਾਬ ਦੇ 3 ਖੇਤਰਾਂ ਦੀ ਗੱਲ ਕਰ ਲਈਏ ਆਪਾਂ, ਮਾਝੇ ਦੇ ਵਿੱਚ ਬਕਾਇਦਾ ਜਿਹੜੇ ਆ 32% ਡੇਰੇ ਨੇ, ਸੀਟਾਂ 25 ਨੇ, ਸਮਰਥਕ ਡੇਰਿਆਂ ਦੇ 23 ਨੇ, ਤੇ 10 ਸੀਟਾਂ ਤੇ ਪ੍ਰਭਾਵ ਪਾਉਂਦੇ ਨੇ 10 ਸੀਟਾਂ ਦੇ। ਦੁਆਬਾ ਦੀ ਗੱਲ ਕਰ ਲਈਏ ਤੇ ਉੱਥੇ 22% ਡੇਰੇ ਨੇ, ਸੀਟਾਂ 23 ਨੇ, 12 ਸੀਟਾਂ ਤੇ ਪ੍ਰਭਾਵ ਪਾਉਂਦੇ ਡੇਰੇ। ਮਾਲਵਾ ਦੇ ਵਿੱਚ ਜਿਹੜੇ ਆ ਉਹ 40% ਡੇਰੇ, 69 ਸੀਟਾਂ ਨੇ ਤੇ 55 ਸੀਟਾਂ ਦੇ ਪ੍ਰਭਾਵਿਤ ਕਰਦੇ ਆ, ਤੇ 25 ਸੀਟਾਂ ਦੇ ਸਿੱਧਾ ਪ੍ਰਭਾਵ ਪਾਉਂਦੇ।
जे आप गल करिए विधानसभा 117 सीटा की, पूरे सर्वे के मुताबिक अज की डेट दे 93 सीटा ते डेरिया का प्रभाव। की लोड़ किसी को होर जाण दी, डेरे को जाओ बाबा एक फोन कर कावे सब रजीबाजी। 47 सीटा ते डेरे एक काल, 47 सीटा ते डेरे दी एक काल सियासी ज्यादा जे समीकरण बदल सकती है जी। 46 सीटा ते एक फर्क पा सकते हैं, ज्यादातर डेरिया दीयां राजनीतिक विंग हन जो चोणा समय सरगर्म हो जांदे आ। पंजाब दी आबादी 2.98 करोड़ आ, ते इहदे मतदाता कहिंदे आ 2.12 करोड़। इहनां विचों जिहड़े 25% मतदाता ने उह सिद्धे रूप विच 53 लाख गिणती बणदी उहनां दी, ਉਹ ਸਿੱਧੇ ਰੂਪ ਦੇ ਵਿੱਚ ਬਕਾਇਦਾ ਤੌਰ ਤੇ ਡੇਰਿਆਂ ਨਾਲ ਜੁੜੇ ਆ, ਤੇ ਬਾਬੇ ਦੇ ਮੂੰਹ ਅਲਵੇਂਦੇ ਹੁੰਦੇ ਵੀ ਕਿਹੜੇ ਪਾਸੇ ਇਸ਼ਾਰਾ ਕਰਦਾ, ਵੋਟ ਕਿੱਥੇ ਪਾਉਣੀ। ਜਿਨ੍ਹਾਂ ਦੇ ਵਿੱਚ ਆਪਾਂ ਕਹਿ ਲਈਏ ਜਿਹੜੇ ਵੱਡੇ ਡੇਰੇ ਨੇ ਇਸ ਵੇਲੇ ਜਿਹੜੇ ਕੰਮ ਕਰ ਰਹੇ ਨੇ, ਸਭ ਤੋਂ ਵੱਡਾ ਡੇਰਾ ਰਾਧਾ ਸਵਾਮੀਆਂ ਦਾ, ਦੇਵਿਆ ਜੋਤੀ ਜਾਗਰਨ ਨੂਰ ਮੇਲੀਆਂ ਦਾ, ਫਿਰ ਡੇਰਾ ਸੱਚਾ ਸੌਦਾ ਸਰਸੇ ਵਾਲਿਆਂ ਦਾ, ਉਹਨਾਂ ਦੀ ਬ੍ਰਾਂਚਾਂ ਇੱਥੇ ਆਪਾਂ ਦੱਸਾਂ ਕਿੰਨੀਆਂ ਹੈਗੀਆਂ, ਤੇ ਭੰਡਿਆਰੇ ਵਾਲਾ ਸਮੁਦਾਇ, ਨਿਰੰਕਾਰੀ, ਨਾਮਧਾਰੀ, ਇਹ ਸਾਰੇ ਡੇਰੇ ਇੱਥੇ ਜਿਹੜੇ ਕਾਫੀ ਪ੍ਰਭਾਵ ਰੱਖਦੇ ਆ। ਬੇਸਿਕਲੀ ਜਿਹੜੇ ਪੰਜਾਬ ਡੇਰੇ ਸਮੰਤੀ ਭਰਾ ਰਿਹਾ ਇਹਨਾਂ ਦੇ, ਲੇਕਿਨ ਡੇਰਿਆਂ ਦੇ ਵਿੱਚ ਕੁਝ ਇੱਕ ਨੂੰ ਛੱਡ ਕੇ ਬਾਕੀ ਡੇਰਿਆਂ ਵਿੱਚ ਜਾਤੀ, ਧਰਮ ਤੇ ਆਰਥਿਕ ਸਮਾਨਤਾ ਨਹੀਂ ਵੇਖੀ ਜਾ ਸਕਦੀ, ਸਾਰੇ ਇੱਕ ਸਮਾਨ ਹੁੰਦੇ ਆ। ਨਸ਼ਾ ਫੈਕਟਰ, ਨਸ਼ਾ ਫੈਕਟਰ ਇੱਥੇ ਕੀ ਕੰਮ ਕਰਦਾ? ਜਿਹੜੇ ਨਸ਼ੇ ਨੇ ਇਹ ਅੱਜ ਦਾ ਬੜਾ ਵੱਡਾ ਮੁੱਦਾ ਬਣ ਗਿਆ, ਤੇ ਡੇਰੇ ਜਿਹੜੇ ਹਮੇਸ਼ਾ ਹੀ ਨਸ਼ੇ ਤੋਂ ਦੂਰ ਰਹਿਣ ਦੀ ਗੱਲ ਕਰਦੇ, ਬਾਬਾ ਪੰਜਾਬ ਫੀਮ ਖਾਂਦਾ ਹੋਵੇ ਕੋਈ ਗੱਲ ਨਹੀਂ, ਤੇ ਡੇਰਿਆਂ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਤੇ ਔਰਤਾਂ ਨਹੀਂ ਚਾਹੁੰਦੀਆਂ ਵੀ ਉਹਨਾਂ ਦੇ ਪਰਿਵਾਰ ਚੋਂ ਕੋਈ ਨਸ਼ਾ ਕਰੇ, ਤੇ ਉਹ ਆਪਣੇ ਮਰਦਾਂ ਨੂੰ ਡੇਰਿਆਂ ਵਿੱਚ ਲਿਜਾ ਕੇ ਤੇ ਉੱਥੇ ਜਿਹੜੀ ਹੈ ਨਾਮ ਦਾ ਦਵਾਈਆਂ ਬਕਾਇਦਾ ਤੌਰ ਤੇ। ਗਰੀਬ ਵੱਡੀ ਗੱਡੀ ਤੁਰੇ ਨੇ ਉੱਥੇ, ਗਰੀਬ ਕੋਲ ਜੁੜੇ ਨੇ ਡੇਰਿਆਂ ਵਿੱਚ, ਸਮਾਜਿਕ ਕੰਮ ਕਾਰ ਵੀ ਹੁੰਦੇ ਆ ਉਹਨਾਂ ਵਿੱਚ, ਗਰੀਬ ਪਰਿਵਾਰਾਂ ਦੀ ਮਦਦ ਲਈ ਡੇਰੇ ਅੱਗੇ ਆਉਂਦੇ ਆ, ਵਿਸ਼ੇਸ਼ ਕਰਕੇ ਗਰੀਬ ਪਰਿਵਾਰ ਡੇਰਿਆਂ ਨਾਲ ਵਧੇਰੇ ਕਰਕੇ ਜੁੜਿਆ, ਤੇ ਉਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ, ਉਹਨਾਂ ਦਾ ਵੇਲੇ ਕੋਲੇ ਕੰਮ ਜਿਹੜੇ ਉਹ ਡੇਰਿਆਂ ਦੇ ਜਿਹੜੇ ਬੈਠੇ ਮਨ ਤੋਂ ਸਾੜ ਦਿੰਦੇ ਆ ਵੀ ਚੱਲ ਠੀਕ ਹੈ ਵੀ ਗਰੀਬ ਬੰਦਾ ਵਾ, ਤੇ ਉਹਨਾਂ ਜੁੜ ਕੇ ਜਾ ਕੇ ਉੱਥੇ, ਉਹ ਤਾਂ ਬਾਹਰ ਨਿਕਲੇ ਵੀ ਕੋਈ ਬਾਬਾ ਜੀ ਜਾਇਓ। ਡੇਰਾ ਬਿਆਸ ਦਾ ਪ੍ਰਭਾਵ, ਜਿਹੜਾ ਡੇਰਾ ਬਿਆਸ ਉਹ 10 ਤੋਂ ਲੈ ਕੇ 12 ਸੀਟਾਂ ਤੇ ਪ੍ਰਭਾਵ ਪਾਉਂਦਾ ਜੀ। 400 ਏਕੜ ਦੇ ਵਿੱਚ ਬਣਿਆ ਵਾ, 130 ਸਾਲ ਪੁਰਾਣਾ ਅਧਿਆਤਮਕ ਕੇਂਦਰ ਆ। ਬਾਬਾ ਜੈਮਲ ਸਿੰਘ ਨੇ 1891 ਦੇ ਵਿੱਚ ਕੁਟੀਆ ਬਣਾਈ ਸੀ, ਤੇ ਕੁਟੀਆ ਤੋਂ ਡੋਰਾ ਜਿਹੜਾ ਸੀ ਵਿਕਸਿਤ ਹੁੰਦਾ ਹੁੰਦਾ 400 ਏਕੜ ਚ ਬਣ ਚੁੱਕਾ ਵਾ। ਸਭ ਤੋਂ ਵੱਡੀ ਗੱਲ, ਡੇਰੇ ਦਾ 90 ਦੇਸ਼ਾਂ ਚ ਪ੍ਰਭਾਵ ਆ, ਉੱਥੇ ਵੀ ਉਹਨਾਂ ਦੇ 7 ਸੰਘ ਘਰ ਬਣੇ। ਅੱਗੇ ਚੱਲਦੀ ਹੈ ਡੇਰਾ ਸੱਚਾ ਸੌਦਾ, ਜਿਹੜਾ ਹਰਿਆਣਾ ਸ਼ਹਿਰ ਦੇ ਵਿੱਚ ਸਿਰਸਾ ਸਥਿਤ ਆ, ਇਹਦੇ 9 ਕਰੋੜ ਸ਼ਰਧਾਲੂ ਨੇ, 9 ਕਰੋੜ, ਤੇ ਪੰਜਾਬ ਵਿੱਚ ਇਹਦੇ 10,000 ਡੇਰੇ ਨੇ ਇੱਕ ਨਾ ਅੱਧਾ, ਤੇ 35 ਤੋਂ 40 ਸੀਟਾਂ ਤੇ ਪ੍ਰਭਾਵਿਤ ਕਰਦਾ, ਤੇ ਫਿਰ ਕਿਉਂ ਨਾ ਉੱਥੇ ਲੀਡਰ ਜਾਣਗੇ ਜੀ, ਲੀਡਰ ਚ ਕਹਿੰਦੇ ਬਾਕੀ ਸਭ ਕੁਝ ਢੱਠੇ ਫੂਹ ਚ ਪਵੇ। ਲੀਡਰਾਂ ਵਾਲੇ ਤੇ ਆਮ ਤੌਰ ਤੇ ਕਹਿ ਦਿੰਦੇ ਵੀ ਜਿਹੜੇ ਸਿਆਸੀ ਆਗੂ ਹੁੰਦੇ ਆਪਣੇ ਮਰੇ ਪਏ ਪੁੱਤ ਦੀ ਹਿੱਕ ਤੇ ਪੈਰ ਰੱਖ ਕੇ ਕੁਰਸੀ ਤੇ ਬਹਿ ਜਾਂਦੇ। ਅੱਗੇ ਚੱਲਦੇ ਸ਼੍ਰੋਮ ਅੱਗੇ ਚੱਲਦੇ ਆਪਾਂ ਨਾਮਧਾਰੀ ਸਮੁਦਾਇ, ਇਹਨਾਂ ਦੀ ਜਿਹੜੀ ਆ 2 ਜਾਂ 3, ਮਾਝੇ ਚ 2-3 ਤੇ ਮਾਲਵਾ ਚ 7-8 ਸੀਟਾਂ ਨੂੰ ਪ੍ਰਭਾਵਿਤ ਕਰਦੇ ਨੇ। ਇਹ ਇੱਕ ਸਿੱਖ ਸੰਪਰਦਾ ਹੋਏ, ਬਾਬਾ ਰਾਮ ਸਿੰਘ ਨੇ ਇਹਦੀ ਸਥਾਪਨਾ ਕੀਤੀ, ਤੇ ਪੰਜਾਬ ਵਿੱਚ ਇਹਦੇ 10,000 ਦੇ ਕਰੀਬ ਧਰਮਸ਼ਾਲਾਵਾਂ ਬਣਾਈਆਂ ਇਹਨਾਂ ਨੇ। ਦਿਵਿਆ ਜੋਤਰੀ ਜਾਗਰਨ ਸੰਸਥਾਨ ਜਿਹੜਾ ਵਾ, ਇਹ ਮਾਝਾ ਦੇ ਵਿੱਚ 4-5 ਤੇ ਦੁਆਬਾ ਦੇ ਵਿੱਚ 3-4 ਇਹ ਵਿਧਾਨ ਸਭਾ ਸੀਟਾਂ ਨੂੰ ਪ੍ਰਭਾਵਿਤ ਕਰਦੇ ਨੇ, ਤੇ ਪ੍ਰਮੁੱਖ ਡੇਰਾ ਪੰਜਾਬ ਦੇ ਨੂਰਮਹਿਲ ਵਿਖੇ ਸਥਿਤ ਆ। 1983 ਵਿੱਚ ਇਹਦੀ ਸਥਾਪਨਾ ਕੀਤੀ ਗਈ, ਤੇ ਇਹਦੇ ਸੰਸਥਾਪਕ ਜਿਹੜੇ ਆਛੂ ਤੇ ਮਹਾਰਾਜ ਸਨ, ਜਿਨ੍ਹਾਂ ਨੂੰ ਅੱਜ ਪੇਟੀ ਚ ਪਾ ਕੇ ਰੱਖਿਆ ਵੀ ਉਹ ਸਮਾਧੀ ਲਾ ਕੇ ਬੈਠੇ ਨੇ ਜੀ, ਪਤਾ ਨਹੀਂ ਕਿਤੋਂ ਬਾਹਰ ਆ ਜਾਣ। ਡੇਰੇ ਦੇ ਦੁਆਬਾ ਤੇ ਮਾਝਾ ਖੇਤਰ ਵਿੱਚ ਲੱਖਾਂ ਦੀ ਗਿਣਤੀ ਸ਼ਰਧਾਲੂ,
अगे चलते निरंकारी समुदाय हुण वेखो बनता की इत्थे इहदा प्रभाव वध दो तीन सीटां ते मालवे तीन चार सीटां ते हैगा। ये जिहड़ी इहदी साफ रखी गई सी 1929 पेशावर के पाकिस्तान रखी गई सी, इसका 27 देशों च प्रभाव आ जी 27 देशों च दसो कित्थे कहिंदे साडे हुण प्रचारक 3000 तो वध शिखावां ने इहदियां, इसके करीब 1 करोड़ श्रद्धालु ने ते अमृतसर विच इहदा कि वड्डा प्रभाव अज भी हैगा। इस करके लीडर क्यों ना डेरे ते जाणगे, सुखबीर सिंह बादल लै लो, चरणजीत सिंह चन्नी लै लो, विजय सिंगला लै लो, जानी लै लो, किहड़ा लीडर उत्थे नहीं गया, उन्हां दी मजबूरी आ, उन्हां कोले वोटां ने, जे चोण जितनी आ ते वोटां तुहानूं लैणियां पैणगियां, ते फिर जथेदार दी कर दिओ छुट्टी, सारिआं नूं कहो भी आपो अपनी मन मन जो करना करी जाओ, जिथे जाणा जाई जाओ जी। ਨਹੀਂ ਇਹ ਤਾਂ ਹੋ ਗਿਆ ਜਥੇਦਾਰ ਤਾਂ ਹੋ ਗਿਆ ਸਿੱਖ ਕੌਮ ਦਾ, ਪਰ ਜਿਹੜੇ ਡੇਰੇ ਦੇ ਡੇਰਿਆਂ ਦੇ ਉਪਾਸ਼ਕ ਨੇ ਇਕੱਲੇ ਸਿੱਖ ਨਹੀਂ, ਆਪਾਂ ਨੂੰ ਇਹ ਗੱਲ ਵੀ ਨਾਲ ਯਾਦ ਰੱਖਣੀ ਪਊਗੀ, ਪੰਜਾਬ 'ਚ ਇਕੱਲੇ ਸਿੱਖ ਨਹੀਂ ਰਹਿੰਦੇ। ਅਤੇ ਇਹਨਾਂ ਦੇ ਜਿੰਨੇ ਡੇਰਿਆਂ ਦਾ ਤੁਸੀਂ ਜ਼ਿਕਰ ਕੀਤਾ, ਮਰਨ ਜੰਮਣ ਲਾਵਾਂ ਫੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹੀ ਲੈਂਦੇ ਨੇ, ਭਟਕੇ ਹੋਏ ਨੇ, ਬਿਲਕੁਲ ਠੀਕ ਆ, ਭਟਕੇ ਹੋਏ, ਭਟਕੇ ਹੋਏ ਨੇ, ਭਟਕੇ ਹੋਏ ਨੇ, ਭਟਕੇ ਹੋਏ ਨੇ। ਤੁਸੀਂ ਬੜੀ ਪਤੇ ਦੀ ਗੱਲ ਕੀਤੀ ਹੈ, ਆਸ ਰੱਖਣੀ ਚਾਹੀਦੀ ਹੈ, ਕੁਛ ਨਹੀਂ ਹੋਇਆ, ਸੋਨਾ ਕਠਾਲੀ 'ਚ ਪਿਆ ਆ, ਸਿੱਖ ਤਾਂ ਦੋ ਹੀ ਬੜੇ ਨੇ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ, ਦੋ ਹੀ ਸੀ ਉਸ ਵਕਤ, ਖਾਲਸਾ ਰਾਜ ਬਣਾ ਦਿੱਤਾ, ਸਿੱਖ ਦੋ ਹੀ ਬੜੇ ਨੇ। ਹਾਂਜੀ ਗੱਲ ਚੱਲੀ ਸੀ, ਇੱਕ ਵਾਰੀ ਬੜਾ ਥੱਕ ਲੱਗਾ ਸੀਗਾ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖਾਂ ਦੀ ਸੰਖਿਆ ਵਧਣੀ ਚਾਹੀਦੀ ਹੈ, ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਸ ਗੱਲ ਨੂੰ ਲੈ ਕੇ ਬੜੀ ਹਾਸੀ ਕੀਤੀ ਗਈ ਵੀ ਜਿੰਨੇ ਹੈਗੇ ਆ ਉਹਨਾਂ ਨੂੰ ਤਾਂ ਸੰਭਾਲ ਲਓ। ਸਿੱਖ ਬਿਲਕੁਲ ਠੀਕ, ਸਿੱਖ ਜਿਹੜੇ ਨੇ ਨਾ ਉਹ ਜਿਵੇਂ ਜੰਗਲ ਦੇ ਵਿੱਚ ਸ਼ੇਰ ਘੱਟ ਹੁੰਦੇ ਨੇ ਨਾ, ਇਹਨਾਂ ਨੂੰ ਕੁਦਰਤ ਵੱਲੋਂ ਹੀ ਇਹ ਮਤਲਬ ਵਰ ਕਹਿ ਲਓ ਜਾਂ ਕੋਈ ਤੁਸੀਂ ਕਹਿ ਲਓ ਕਿ ਹੱਥ ਵਾ ਕੇ ਇਹ ਜ਼ਿਆਦਾ ਹੋਣੇ ਹੀ ਨਹੀਂ, ਇੰਨੇ ਹੀ ਹੋਣੇ ਨੇ, ਪਰ ਪੱਕ ਬਹੁਤ ਘੱਟ ਹੁੰਦੇ ਨੇ ਜੀ 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 ਹੈ ਨਹੀਂ, ਕੁਛ ਨਹੀਂ ਫਰਕ ਪੈਣ ਵਾਲਾ, ਕੁਛ ਨਹੀਂ ਫਰਕ। ਜਿਹਦੀ ਨੀਂਹ ਗੁਰੂ ਨਾਨਕ ਮਹਾਰਾਜ ਨੇ ਰੱਖੀ ਹੈ, ਹੁਣ ਢੱਡਰੀਆਂ ਵਾਲਾ ਭਾਵੇਂ ਜੋ ਮਰਜ਼ੀ ਕਹੇ ਕਿ ਧਰਮ ਹੀ ਕੋਈ ਨਹੀਂ, ਤੇਰੇ ਕੋਲ ਮਿਲ ਗਏ, ਤੈਨੂੰ ਮਿਲ ਗਏ 4 ਪੈਸੇ ਛੱਲੜ, ਤੇਰੇ ਕੋਲ ਆ ਗਈ ਵਧੀਆ ਗੱਡੀ, ਤੇਰੇ ਕੋਲ ਆ ਗਏ 4 ਲਗਜ਼ਰੀ ਸੂਟ, ਤੇਰੇ ਮਗਰ ਜਿਹੜੇ 4 ਚੇਲੇ ਲੱਗੇ ਨੇ ਨਾ ਭਗਤ ਤੇਰੇ, ਉਹ ਵੀ ਤੇਰੇ ਵਾਂਗੂ ਅੰਨੇ ਨੇ ਜੀ, ਤੂੰ ਅੰਨਾ ਸਾਧ ਆ, ਹੋਰ ਕੋਈ ਗੱਲ ਨਹੀਂ, ਤੈਨੂੰ ਕੁਛ ਗਲਤ ਨਹੀਂ ਗੱਲ ਕਹਿਣੀ, ਅੰਨਾ ਸਾਧ, ਛੋਕਰਾ ਜਿਹਾ ਤੂੰ ਸੀਗਾ ਜਦੋਂ ਮੱਥੇ ਟਿਕਾਉਂਦਾ ਸੀ, ਉਦੋਂ ਵੀ ਤੈਨੂੰ ਛੋਕਰਾ ਕਿਹਾ ਸੀ, ਤੇਰੇ ਵਿਰੋਧ ਕਰਨ ਵਾਲੇ ਉਦੋਂ ਮੇਰੇ ਲੱਤਾਂ ਵੱਢਣ ਨੂੰ ਫਿਰਦੇ ਸੀ, ਅੱਜ ਵੀ ਤੇਰੇ ਵਰਗੀਆਂ ਕਈ ਜਿਣਸਾਂ ਤੁਰੀਆਂ ਫਿਰਦੀਆਂ ਨੇ, ਕਈ ਮਤਲਬ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਢਾਹ ਲਾਉਣੀ। ਗੱਲ ਇਹ ਢਾਹ ਢੂਹ ਲੱਗਣ ਵਾਲਾ ਕੋਈ ਨਹੀਂ, ਇਹ ਬੂਟਾ ਹੈ, ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ ਜਿਉਂ ਜਿਉਂ ਮੈਨੂੰ ਵੱਢਦਾ ਦੂਨ ਸਵਾਣੇ ਹੋਏ, ਸਿੱਖੀ ਕਦੇ ਬੂਟਾ ਜਿਹੜਾ ਆ ਉਹ ਕਿਤੇ ਨਿਵਾਣ ਵਾਲੇ ਪਾਸੇ ਨੂੰ ਬੂਟਾ ਵਧਣ ਵਾਲੇ ਕੋਈ ਨਹੀਂ, ਇਹ ਸਾਰੇ ਦੇ ਸਾਰੇ ਜਿਹੜੇ ਆਖਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਪੁੱਛ ਕੇ ਵੇਖ ਲਓ ਤੁਸੀਂ ਕਿਸੇ ਨੂੰ ਵੀ, ਆਖਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਡਿੱਗਦੇ ਨੇ, ਸੋ ਇਹ ਚੜ੍ਹਦੀ ਕਲਾ ਵਾਲਾ ਹੀ ਆ ਕੰਮ, ਕੋਈ ਵੱਡੀ ਗੱਲ ਨਹੀਂ। ਖੈਰ 9058131320 ਜਿੱਧਰ ਸਾਨੂੰ ਸਾਡੇ ਅਬਦਲ ਜੇ ਹਟ ਗਏ ਨਾ ਅਤੇ ਪ੍ਰਚਾਰਕ ਵਧੀਆ ਮਿਲ ਗਏ ਜਿਨ੍ਹਾਂ ਨੇ ਦੱਸ ਦਿੱਤਾ ਕਿ ਜਿਹੜਾ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਨਾ, ਨਸ਼ਾ ਤਾਂ ਗੁਰੂ ਗ੍ਰੰਥ ਸਾਹਿਬ ਵੀ ਛਡਾਉਂਦਾ, ਜਿਸ ਪੀਤੇ ਮਤ ਦੂਰ ਹੋਵੇ, ਹੈ ਨਾ, ਇੱਥੇ ਵੀ ਉਹ ਗਿਆਨ ਮਿਲਦਾ, ਇਹ ਇਹ ਇਨਾਮ ਇੱਥੇ ਵੀ ਮਿਲਦਾ, ਪਰ ਇਹ ਸੌਫਟ ਬੜਾ ਹੈ, ਇਹ ਹਰ ਨੂੰ ਗਲਾਵੇ ਨਾਲ ਲੈਂਦਾ, ਇਹਦੇ ਦੁਸ਼ਮਣਾਂ ਦਾ ਅੱਜ ਬੋਲਬਾਲਾ ਥੋੜ੍ਹਾ ਜਿਹਾ ਜ਼ਿਆਦਾ, ਕਿਉਂਕਿ ਸਾਡੀ ਕੌਮ ਦੇ ਗਦਾਰਾਂ ਨੇ ਕੌਮ ਨੂੰ ਹਲਕਾ ਥੋੜ੍ਹਾ ਕੀਤਾ, ਪਰ ਕੌਮ ਚੜ੍ਹਦੀ ਕਲਾ ਦੇ ਵਿੱਚ ਉਵੇਂ ਹੀ ਹੈ, ਹੀਰਿਆਂ ਜਿਹੜੀ ਹੈ। ਖੈਰ ਮੇਰਾ ਮੰਨਣਾ ਤਾਂ ਇਹ ਹੈ, ਆਓ ਆਪਾਂ ਰਾਜਨੀਤੀ ਦੀ ਗੱਲ ਕਰ ਲਈਏ, ਲਾਂਤਾਂ ਦਾ ਟੋਕਰਾ ਗਦਾਰਾਂ ਨੂੰ ਭੇਜਦੇ ਹੋਏ ਆਪਾਂ ਅੱਗੇ ਚੱਲਦੇ ਹਾਂ। ਬਿਕਰਮਜੀਤ ਸਿੰਘ ਮਜੀਠੀਆ ਸਿੱਟ ਨੇ 2.5 ਘੰਟੇ ਉਹਨਾਂ ਨੂੰ ਸਵਾਲ ਕੀਤੇ ਨੇ, ਹੁਣ ਤੁਸੀਂ ਗ੍ਰਿਲ ਕਹਿ ਲਓ ਜਾਂ ਉਹਨਾਂ ਨੂੰ ਪੁੱਛ ਪੜਤਾਲ ਕੀਤੀ ਜਾਂ ਉਹਨਾਂ 'ਤੇ ਸਖਤਾਈ ਕੀਤੀ, 60 ਸਵਾਲ ਪੁੱਛੇ ਗਏ ਨੇ, ਮੈਂ ਇਹ ਸਵਾਲ ਤੁਹਾਡੇ ਲਈ ਰੱਖਿਆ ਸੀ। ਮਜੀਠੀਆ ਸਾਹਿਬ ਨੇ ਚੰਨੀ ਰੰਧਾਵਾ ਅਤੇ ਸਿੱਧੂ ਨੂੰ ਪਾਣੀ ਪੀ ਕੇ ਕੁਛ ਮੌਕਾ ਹੱਥ ਲੱਗਾ ਕੋਸਣਾ ਹੀ ਹੈ, ਸਵਾਲ ਇਹ ਵੀ ਪੁੱਛਿਆ ਗਿਆ ਕਿ ਵਿਆਹ 'ਤੇ ਪਿੰਦੀ ਅਤੇ ਸੱਤੇ ਨੇ ਕੀ ਕੀਤਾ, ਕੀ ਕਹਿਣਾ ਚਾਹੋਗੇ? ਹੁਣ ਇਹ ਤਾਂ ਹੈ ਨਹੀਂ ਕਿ ਇਹੋ ਜਿਹੀ ਗੱਲਬਾਤ ਬਾਹਰ ਬੈਠੇ ਹੋਏ ਜਿਹੜੇ ਪਿੰਦੀ ਸੱਤੇ ਅਰਗੇ ਨਹੀਂ ਸੁਣਦੇ ਹੋਣਗੇ, ਉਹ ਵੀ ਸੁਣਾਉਂਦੇ ਹੋਣਗੇ, ਸ਼ਾਇਦ ਉਹਨਾਂ ਨੂੰ ਨਾ ਚੰਗਾ ਲੱਗਦਾ ਹੋਵੇ। ਖੈਰ ਤੁਸੀਂ ਕੀ ਕਹਿਣਾ ਚਾਹੋਗੇ?
ਵੇਖੋ ਜੀ, ਉਹਨਾਂ ਨੇ ਇੰਨੀ ਗੱਲ ਕਹੀ ਆ ਇਹਨਾਂ ਨੂੰ ਵੀ ਪਿੰਦੀ ਤੇ ਸੱਤੇ ਦਾ ਤੁਹਾਡੇ ਵਿਆਹ 'ਚ ਕੀ ਰੋਲ ਸੀ, ਉਹ ਬਕਾਇਦਾ ਤੌਰ ਤੇ ਇੱਥੇ ਆਏ, ਉਹਨਾਂ ਨੂੰ VIP ਟ੍ਰੀਟਮੈਂਟ ਦਿੱਤਾ ਗਿਆ। ਕੀ ਤੁਹਾਡੇ ਵਿਆਹ ਤੇ ਪਿੰਦੀ ਤੇ ਸੱਤੇ ਨੇ ਖਰਚਾ ਕੀਤਾ? ਵੱਡੀ ਗੱਲ ਸੀ ਸਵਾਲ। ਉਹਨਾਂ ਕਿਹਾ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ, ਪਿੰਦੀ ਤੇ ਸੱਤੇ ਨਾਲ ਚਲੋ ਠੀਕ ਹੈ, ਮੇਰੇ ਕੋਲ ਆਏ ਹੋਣਗੇ ਤੇ ਕੋਈ ਦੋਰਾਵਾ ਨਹੀਂ ਹੈਗਾ, ਲੇਕਿਨ ਖਰਚੇ ਖੁਰਚੇ ਦੀ ਕੋਈ ਗੱਲ ਨਹੀਂ, ਮੇਰੇ ਵਿਆਹ ਤੇ ਇੱਕ ਨਹੀਂ, ਉੱਥੇ ਤੇ ਸੈਂਕੜੇ ਬੰਦੇ ਤੁਰੇ ਫਿਰਦੇ ਸੀਗੇ, ਹਰ ਪ੍ਰਕਾਰ ਦੇ ਪੱਤਰਕਾਰ ਵੀ ਸੀ ਉੱਥੇ, ਲੀਡਰ ਵੀ ਸੀ ਉੱਥੇ, ਪੁਲਿਸ ਵਾਲੇ ਸਾਰੇ ਤੁਰੇ ਫਿਰਦੇ ਸੀ ਉੱਥੇ ਤੇ। ਦੂਸਰੀ ਚੀਜ਼ ਉਹਨਾਂ ਨੇ ਕਿਹਾ ਜੀ ਵੇਖੋ ਜਿਹੜੇ ਕੇਸ ਦੇ ਤੁਸੀਂ ਮੈਨੂੰ ਪਸਾ ਰਹੇ ਹੋ ਨਾ, ਇਹ ਕੇਸ ਦਾ 2019 ਚ ਭੋਗ ਪੈ ਗਿਆ ਸੀ ਤੇ ਨਾਲ ਧਮਕੀ ਵੀ ਲਾਤੀ ਆ। ਧਮਕੀ ਕੀ ਲਾਈ ਆ? ED ਦੇ ਜਿਹੜੇ ਨਰਿੰਦਰ ਸਿੰਘ ਨੇ ਮੇਰੇ ਤੇ ਕੇਸ ਦਰਜ ਕੀਤਾ ਸੀ, ਜਿਹੜੀ ਮੇਰੀ ਪੁੱਛ ਪੜਤਾਲ ਕੀਤੀ ਸੀ, ਅੱਜ ਉਹਦੇ ਖਿਲਾਫ ED ਨੇ ਪਰਚਾ ਦਰਜ ਕਰਤਾ। ਇਹ ਧਮਕੀ ਦੀ ਧੁਰਕੀ ਆ ਵੀ ਭਾਈ ਸੋਚ ਸਮਝ ਕੇ ਮੇਰੇ ਖਿਲਾਫ਼ ਕਾਰਵਾਈ ਕਰਿਓ, ਕੱਲ ਨੂੰ ਸਾਡੀ ਸਰਕਾਰ ਆ ਗਈ ਤੇ ਤੁਹਾਡੀ ਵਾਰੀ ਵੀ ਆ ਜਾਣੀ ਆ। ਤੇ ਇਹ ਗੱਲ ਕੁਛ ਹੱਦ ਤੱਕ ਸਹੀ ਆ। 27 ਦਸੰਬਰ 2014 ਨੂੰ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਬਕਾਇਦਾ ਤੌਰ ਤੇ ED ਨੇ ਪੁੱਛ ਪੜਤਾਲ ਕੀਤੀ ਸੀ, 8 ਘੰਟੇ ਗ੍ਰਿਲ ਕੀਤਾ ਸੀ ਉਹਨਾਂ ਨੇ, ਤੇ ਜਦੋਂ ਬਾਹਰ ਨਿਕਲੇ ਸੀ ਚਿਹਰਾ ਉਤਰਿਆ ਸੀ, ਹਾਵ ਭਾਵ ਬੜੇ ਮਾੜੇ ਸੀਗੇ, ਤੇ ਪਹਿਲਾਂ ਪੱਤਰਕਾਰ ਅੱਗੇ ਹੋਏ ਤੇ ਕਹਿੰਦਾ ਭਾਈ ਪਹਿਲਾਂ 2 ਗਲਾਸ ਮੈਨੂੰ ਪਾਣੀ ਦੇ ਪਿਆ ਲਓ ਫਿਰ ਗੱਲ ਕਰਦੇ। ਉਹ ਸੀ ਪੁੱਛ ਪੜਤਾਲ ਜਿਹੜੀ ਕੱਲ 2.5 ਘੰਟੇ ਪੁੱਛ ਪੜਤਾਲ ਹੈ। ਉਹ ਜਵਾਨ ਬੁੱਕ ਦਾ ਅੰਦਰ ਹੋਇਆ, ਬੁੱਕ ਦੇ ਆਉਂਦਿਆਂ ਉਹਨੇ ਹਮਲੇ ਕੀਤੇ, ਚੰਨੀ ਤੇ ਕੀਤੇ ਆ, ਰੰਧਾਵੇ ਤੇ ਕੀਤੇ ਆ, ਸਿੱਧੂ ਤੇ ਕੀਤੇ, ਠੋਕ ਠੋਕ ਕੇ ਕੀਤੇ। ਕਹਿੰਦਾ ਜਿਹੜੀਆਂ ਮੈਨੂੰ ਪਸਾਉਣ ਦੀਆਂ ਅਫਸਰਾਂ ਨੂੰ ਧਮਕੀਆਂ ਦਿੰਦੇ ਰਹੇ, ਮੀਟਿੰਗਾਂ ਕਹਿੰਦੇ ਰਹੇ, ਇੱਕ ਨਿੱਕੂ ਬਾਉਣਾ, ਕੁਲਬੀਰ ਜੀ ਨੂੰ ਬਾਉਣਾ ਕਹਿੰਦਾ ਵਾਰ ਵਾਰ ਨਿੱਕੂ, ਇਹ ਵੀ ਨਾਲ ਹੁੰਦਾ ਸੀ। ਤੇ ਮੈਂ ਇਹ ਕਹਿ ਕੇ ਆਇਆ ਵਾ ਸਿੱਟ ਨੂੰ ਵੀ ਇਹਨਾਂ ਨੂੰ ਵੀ ਤਲਬ ਕਰੋ, ਜਿਹੜੀਆਂ ਮੀਟਿੰਗਾਂ ਕਰਕੇ ਅਫਸਰਾਂ ਨੂੰ ਧਮਕਾਉਂਦੇ ਰਹੇ ਵੀ ਬਿਕਰਮ ਦੇ ਖਿਲਾਫ਼, ਮਜੀਠੀ ਦੇ ਖਿਲਾਫ਼ ਜਿਹੜਾ ਪੁਰਾਣਾ ਪਰਚਾ ਦਰਜ ਕਰੋ, ਉਹ ਪਰਚੇ ਦਾ ਭੋਗ ਪੈ ਚੁੱਕਾ 2019 ਦੇ ਵਿੱਚ। ਲਿਖਤੀ ਤੌਰ ਤੇ ਕਦੀ ਵੀ ਜਗਦੀਸ਼ ਭੋਲੇ ਨੇ ਮੇਰੇ ਬਾਰੇ ਕਦੀ ਕੁਛ ਨਹੀਂ ਲਿੱਤਾ, ਲਿਖ ਕੇ ਕਦੀ ਵੀ ਕਿਹਾ। ਇਸ ਕਰਕੇ ਮੈਨੂੰ ਸਿਰਫ ਪਸਾਇਆ ਗਿਆ, ਮੇਰਾ ਇਹਦੇ ਚ ਕੋਈ ਰੋਲ ਨਹੀਂ। ਇਹ ਸਿਰਫ ਇੱਕ ਫਸਾਉਣ ਦੀ ਗੱਲ ਸੀ ਵੀ ਬਿਕਰਮ ਨੂੰ ਫਸਾਉਣਾ ਜ਼ਰੂਰ ਆ, ਕੁਛ ਹੱਦ ਤੱਕ ਗੱਲ ਸਹੀ ਵੀ ਹੈ, ਕਿਉਂਕਿ ਠੋਸ ਪ੍ਰੂਫ ਤੁਹਾਡੇ ਕੋਲ ਹੈਗੇ ਸੀ। ਹਾਂ, ਇੱਕ ਗੱਲ ਕੀਤੀ ਹਰਪ੍ਰੀਤ ਸਿੰਘ ਜੀ ਉਹਨੇ, ਆਂਦਾ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਹਰਪ੍ਰੀਤ ਸਿੰਘ ਮੇਰਾ ਰਿਸ਼ਤੇਦਾਰ ਆ, ਤੇ ਰਿਸ਼ਤੇਦਾਰ ਵੈਸੇ ਵੀ ਇਨਕੁਆਇਰੀ ਨਹੀਂ ਕਰ ਸਕਦਾ, ਕਿਉਂ ਜੇ ਤੇ ਤੁਹਾਡੀ ਰਿਸ਼ਤੇਦਾਰ ਬਣਦੀ ਆ ਤੇ ਤੁਹਾਡੀ ਹਮਾਇਤ ਕਰ ਦੂਗਾ, ਤੇ ਜੇ ਨਹੀਂ ਬਣਦੀ ਫਿਰ ਠੋਕ ਕੇ ਰੱਖ ਦੂਗਾ। ਕਹਿੰਦਾ ਮੇਰੇ ਨਾਲ ਵੀ ਇਹੋ ਕੁਝ ਵਾਪਰਿਆ ਵਾ, ਮੈਨੂੰ ਵੀ ਠੋਕਿਆ ਗਿਆ ਵਾ, ਇਸ ਕਰਕੇ ਉਹਨੂੰ ਇਹ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਸੀਗਾ। ਉਹਦੀ ਜਾਂਚ ਨੂੰ ਅਸੀਂ ਬਿਲਕੁਲ ਜਿਹੜੀ ਆ ਉਹ ਮੁੱਢੋ ਰੱਦ ਕਰਦੇ, ਵੀ ਉਹਦੀ ਜਾਂਚ ਸਹੀ ਨਹੀਂ ਹੈਗੀ, ਇੱਕ ਪਾਸੇ ਜਾਂਚ ਕੀਤੀ ਹੋਈ। ਤੇ ਉਹ ਇੰਨੀ ਗੱਲ ਕਹਿੰਦਾ ਵੀ ਭਾਈ ਮੇਰੇ ਤੇ ਜੋ ਬਣੂਗਾ ਮੈਂ ਝੱਲ ਲੂੰਗਾ, ਲੇਕਿਨ ਸਮਾਂ ਬੜਾ ਬੇਅੰਤ ਹੁੰਦਾ, ਕੋਈ ਗੱਲ ਨਹੀਂ। ਲੇਕਿਨ ਕੱਲ ਜਿਸ ਤਰੀਕੇ ਨਾਲ ਉਹ ਬਾਹਰ ਆਏ ਨੇ, ਉੱਥੋਂ ਇੰਜ ਮਹਿਸੂਸ ਹੁੰਦਾ ਵੀ ਅੰਦਰ ਕਾਜੂ ਬਦਾਮ ਖਾ ਕੇ ਆਏ ਨੇ, ਅਫਸਰਾਂ ਕੋਲੋਂ ਹੈ ਕੁਛ ਨਹੀਂ। ਇੱਕ IPS ਅਫਸਰ ਜਿਹੜੇ ਸੀ ਉਹ ਬਕਾਇਦਾ ਤੌਰ ਤੇ ਨਾਲ ਦੇ ਕਮਰੇ 'ਚ ਬੈਠੇ ਸੀਗੇ, ADGP ਇੱਕ ਦੂਸਰੇ ਜਿਹੜੇ ਸੀ ਟੀਮ ਉਹ ਦੂਸਰੇ ਕਮਰੇ 'ਚ ਬਹਿ ਕੇ ਉਹਨਾਂ ਨਾਲ ਗੱਲਬਾਤ ਕਰਦੇ ਰਹੀ, ਪੁੱਛ ਪੜਤਾਲ ਕਰਦੇ ਰਹੀ, ਤੇ ਮੁੜ ਕੇ ਉਹ ਬੜੇ ਚੜ੍ਹਦੀ ਕਲਾ 'ਚ ਬਾਹਰ ਆਏ, ਆ ਕੇ ਮੀਡੀਆ ਨੂੰ ਸੰਬੋਧਨ ਕੀਤਾ ਤੇ ਕਈ ਪ੍ਰਕਾਰ ਦੀ ਅਲਾਮਬਾਜ਼ੀ ਤੇ ਉਹਨਾਂ ਦੇ ਕਈ ਪ੍ਰਕਾਰ ਦੇ ਆਪਣੇ ਬਲਬਲ ਵੀ ਕੱਢੇ ਜੀ, ਉਹ ਬੜਾ ਕੁਛ ਆ ਚੁੱਕਾ ਜੀ। ਦੋਸਤੋ ਸਾਰਾ ਕੁਝ ਵੈਸੇ ਤੁਸੀਂ ਪੜ੍ਹ ਸੁਣ ਚੁੱਕੇ ਹੋਵੋਗੇ, ਪਰ ਪੱਟੀ ਸਾਹਿਬ ਦਾ ਸਟਾਈਲ ਕੁਝ ਆਪਣਾ ਗ੍ਰਿਲ ਕਰਨ ਦਾ। ਇੱਕ ਸਮਾਂ ਅੱਜ ਤੁਹਾਡੀ ਕਾਲ ਨਹੀਂ ਲੈ ਸਕਾਂਗੇ, ਤੁਹਾਡੀਆਂ ਲਾਈਨਾਂ ਇੱਧਰ ਫਲੈਸ਼ ਹੋ ਰਹੀਆਂ ਨੇ, ਕਿਉਂਕਿ ਇੱਧਰ ਅਸੀਂ ਵਟਸਐਪ 'ਤੇ ਕਿਸੇ ਟੈਕਨੀਕਲ ਵਜ੍ਹਾ ਕਰਕੇ ਜਿਹੜਾ ਹੈ ਕਾਲ ਕਰ ਰਹੇ ਹਾਂ ਪੱਟੀ ਸਾਹਿਬ ਦੇ ਨਾਲ। ਆਖਰੀ ਕੁਐਸਚਨ ਹੈ ਪੱਟੀ ਸਾਹਿਬ, ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੋਵੇਗਾ, ਕੀ ਲੱਗਦਾ ਕਿ ਊਠ ਦਾ ਬੁੱਲ ਡਿੱਗੂਗਾ ਭਗਵੰਤ ਮਾਨ ਅਗਲੇ ਹਫ਼ਤੇ? ਆਪਾਂ ਇਹ ਕੱਲ ਵੀ ਗੱਲ ਕੀਤੀ ਸੀ ਵੀ ਲਗਭਗ ਆਮ ਆਦਮੀ ਪਾਰਟੀ ਨੇ ਫੈਸਲਾ ਕਰ ਲਿਆ ਵੀ ਉਹਨਾਂ ਨੇ ਜਿਨ੍ਹਾਂ ਤੇ ਦਾਅ ਲਾਉਣਾ ਸੀਗਾ
ਨਵਜੋਤ ਸਿੱਧੂ ਤੇ ਲਦਾ ਲਾਉਣਾ ਸੀ, ਰਾਜੇਵਾਲ ਤੇ ਦਾ ਲਾਉਣਾ ਸੀ, ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਵਾਂਗੇ, ਲੇਕਿਨ ਉਹ ਕਾਮਯਾਬ ਨਹੀਂ ਹੋਏ। ਉਹਨਾਂ ਦੇ ਕੋਲੇ ਹੁਣ ਦੋ ਚਿਹਰੇ ਨੇ, ਜੇ ਦਲਿਤ ਚਿਹਰਾ ਲੈਣਾ ਤੇ ਹਰਪਾਲ ਚੀਮਾ, ਤੇ ਜੇ ਕਿਤੇ ਉਹਦਾ ਲੈਣਾ ਤੇ ਫਿਰ ਪ੍ਰਧਾਨ ਲੈਣਾ ਤੇ ਉਹ ਮਾਨ ਭਗਵੰਤ ਮਾਨ। ਤੇ ਭਗਵੰਤ ਮਾਨ ਤੇ ਇਹਨਾਂ ਦੀ ਕੋਰ ਕਮੇਟੀ ਚ ਫੈਸਲਾ ਹੋ ਚੁੱਕਾ ਵਾ ਤੇ ਅਗਲੇ ਹਫ਼ਤੇ ਭਗਵੰਤ ਮਾਨ ਨੂੰ ਜਿਹੜਾ ਉਹ ਐਲਾਨ ਦਿੱਤਾ ਜਾਊਗਾ, ਤੇ ਭਗਵੰਤ ਮਾਨ ਦੇ ਚਿਹਰੇ ਵੀ ਖਿੜ ਗਏ ਨੇ। ਉਹਦੇ ਚਿਹਰੇ ਦੀ ਲਾਲੀ ਦੱਸਦੀ ਆ ਵੀ ਭਾਈ ਹੁਣ ਜਿਹੜਾ ਸਾਡਾ ਮਾਨ ਆ ਇਹ ਬਕਾਇਦਾ ਤੌਰ ਤੇ ਮੁੱਖ ਮੰਤਰੀ ਬਣ ਕੇ ਜਿਹੜਾ ਉਹ ਚੋਣ ਲੜੂਗਾ, ਉਹ ਕੁਰਸੀ ਤੇ ਬਹਿੰਦਾ ਨਹੀਂ ਬਹਿੰਦਾ ਤੇ ਉਹ ਬਾਅਦ ਦੀ ਗੱਲ ਆ। ਲੇਕਿਨ ਇਹ ਅਗਲੇ ਹਫ਼ਤੇ ਆਮ ਤੌਰ ਜਿਹੜੇ ਹੈਗੇ ਕੇਜਰੀਵਾਲ ਸਾਹਿਬ ਹੋਣਗੇ, ਉਹਨਾਂ ਕਹਿ ਵੀ ਦਿੱਤਾ ਇੱਥੇ ਆ ਕੇ ਵੀ ਨੈਕਸਟ ਵੀਕ ਅਗਲੇ ਹਫ਼ਤੇ ਮੈਂ ਫੇਰ ਆਊਂਗਾ, ਤੁਹਾਨੂੰ ਬਕਾਇਦਾ ਤੌਰ ਤੇ ਮੁੱਖ ਮੰਤਰੀ ਦਾ ਚਿਹਰਾ ਦੇ ਕੇ ਜਾਊਂਗਾ ਜੀ। ਬਹੁਤ ਸ਼ੁਕਰੀਆ ਪੱਟੀ ਸਾਹਿਬ, ਸਵੇਰੇ ਆਪਾਂ ਗੱਲਬਾਤ ਕਰਾਂਗੇ ਅਗਲੇ ਹਿੱਸੇ ਦੇ ਵਿੱਚ। ਤਦ ਤੱਕ ਲਈ ਭੁਲਾ ਚੁੱਕਾ ਦੀ ਮਾਫੀ, ਦੋਸਤੋ ਦਿਓ ਛੁੱਟੀਆਂ, ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।